ਰਹੇ ਨੇ ਨੰਬਰ 3 ਤੇ ਚੈੱਕ ਕਰਾਉਂਦੇ ਹਾਂ ਅਤੇ ਜਰਸੀ ਅਤੇ ਸਾਹੀਵਾਲ ਕ੍ਰਾਸ ਇਹ ਚੈੱਕ ਕਰੋ ਮਾਸ਼ਾਅੱਲਾ ਜੀ ਜੱਟ ਸਾਹਿਬ ਵੱਛੀ ਨੰਬਰ 3 ਦਾ ਰੇਟ ਚਲੋ ਜੀ ਜਰਸੀ ਇਹ ਚੈੱਕ ਕਰੋ ਜੀ ਇਹਦੇ 'ਚ ਵੀ ਕੋਈ ਹੈ ਕ੍ਰਾਸ ਜੱਟ ਸਾਹਿਬ ਕਿ ਨਹੀਂ ਪਿਓਰ ਜਰਸੀ ਹੈ ਭਾਈ ਪਿਓਰ ਜੋ ਹੋਇਆ ਵੀ ਕੋਈ ਮਾਮੂਲੀ ਜਿਹਾ ਟੱਚ ਹੋਣਾ ਪ੍ਰਿੰਟ ਦੋਸਤਾਂ ਵੇਖ ਲੈਣਾ ਮਾਸ਼ਾਅੱਲਾ ਜੀ ਪਿਆਰੇ ਭਾਈ ਦਾ ਚਿਹਰਾ ਸਾਹਮਣੇ ਕਰਿਓ ਜੀ ਦੋਸਤਾਂ ਚੈੱਕ ਕਰੋ ਮਾਸ਼ਾਅੱਲਾ ਜੀ ਨੰਬਰ ਆ ਗਈ ਅਸਲਾਮੁ ਅਲੈਕੁਮ ਸਜਣਾ ਤੇ ਬੇਲੀਓ ਉਮੀਦ ਕਰਨਾ ਕਿ ਸਾਰੇ ਦੋਸਤ ਅਹਿਬਾਬ ਅੱਲਾ ਪਾਕ ਦੇ ਫਜ਼ਲ ਅਤੇ ਕਰਮ ਦੇ ਨਾਲ ਹੈਰੀਅਤ ਨਾਲ ਹੁੰਦੇ ਅੱਜ ਦਿਨ ਜੀ ਮੰਗਲ ਦਾ ਅਤੇ ਇਸ ਟਾਈਮ ਸ਼ਾਹਕੋਟ ਦੇ ਇੱਕ ਨਵੇਂ ਅਤੇ ਕਮ ਉਮਰ ਵਪਾਰੀ ਹਮਦ ਜੱਟ ਸਾਹਿਬ ਦੇ ਡੇਰੇ 'ਤੇ ਮੌਜੂਦ ਹਾਂ ਅਤੇ ਮਾਸ਼ਾਅੱਲਾ ਜੀ ਅੱਜ ਦੀ ਇਸ ਵੀਡੀਓ 'ਚ 5 ਜਰਸੀ ਅਤੇ ਜਰਸੀ ਕ੍ਰਾਸ ਖੀਰੀਆਂ ਵੱਛੀਆਂ ਇਸ ਤੋਂ ਇਲਾਵਾ 2 ਗਾਵਾਂ ਅਤੇ ਇਸ ਤੋਂ ਇਲਾਵਾ ਇੱਕ ਮੱਝ ਵੀ ਸ਼ਾਮਲ ਹੈ ਕਮ ਅਜ਼ ਕਮ ਕੀਮਤ ਹੈ ਜੀ 1,00,000 ਸਾਰੇ ਜਾਨਵਰਾਂ ਦੀ ਤਸੱਲੀ ਕਰਾਉਂਦੇ ਹਾਂ ਅਤੇ ਇਹਨਾਂ ਦਾ ਜਿਹੜਾ ਪਿਆਰ ਮੁਹੱਬਤ ਵਾਲਾ ਜਾਇਜ਼ ਮੁਨਾਸਬ ਰੇਟ ਹੈ ਉਹ ਵੀ ਮਲੂਮ ਕਰਨੇ ਹਾਂ ਜੱਟ ਸਾਹਿਬ ਬਾਬੂ ਜੀ ਸਾਹਮਣੇ ਜੀ ਅਸਲਾਮੁ ਅਲੈਕੁਮ ਵਾਲੇਕੁਮ ਅਸਲਾਮ ਭਾਈ ਫਤਾ ਸਾਹਿਬ ਜੱਟ ਸਾਹਿਬ ਕੀ ਹਾਲ ਹੈ ਠੀਕ ਹੋ ਠੀਕ ਠਾਕ ਅੱਲਾ ਦਾ ਸ਼ੁਕਰ ਸਭ ਹੈਰੀਅਤ ਹੈ ਹਾਂਜੀ ਭਾਜੀ ਸਭ ਤੋਂ ਪਹਿਲੇ ਦੋਸਤਾਂ ਨੂੰ ਆਪਣਾ ਅਤੇ ਆਪਣੇ ਡੇਰੇ ਦਾ ਮੁਕੰਮਲ ਤਾਰਫ ਕਰਵਾ ਦਿਓ ਜ਼ਿਲ੍ਹਾ ਸਿਆਲਕੋਟ ਤਹਿਸੀਲ ਡਸਕਾ ਪਿੰਡ ਗਾਉਂ ਗਿੱਲਾਂ ਦਾ ਚੱਕ ਮੇਨ ਅੱਡਾ ਕਿਹੜਾ ਲੱਗਦਾ ਸੀਓ ਕੀ ਅੱਡਾ ਸਟਾਫ ਠੀਕ ਹੈ ਜੱਟ ਸਾਹਿਬ ਖੜਾਕ ਕਰੋ ਦੇ ਇਨਸ਼ਾਅੱਲਾ ਅੱਲਾ ਦੇ ਉਮਰ ਤੁਹਾਡੀ ਪੂਰੀ ਹੈ ਕੰਮ ਵੱਡੇ ਨੇ ਕੋਸ਼ਿਸ਼ ਕਰਨੀ ਹੈ ਕਿ ਦੋਸਤੀ ਆਈ ਕਹਿਣ ਕਿ ਜੱਟ ਨੇ ਵਾਕਈ ਖੜਾਕ ਕੀਤਾ ਹੈ ਇਨਸ਼ਾਅੱਲਾ ਖੜਾਕ ਹੀ ਹੋਣ ਦੇ ਭਾਜੀ ਕਰਾਈਏ ਸ਼ੌਕ ਕਰਾਓ ਆਓ ਪਿਆਰੇ ਭਾਈ ਲੈ ਕੇ ਆਓ ਜੀ ਵੱਛੀਆਂ ਤੋਂ ਸ਼ੁਰੂ ਕਰ ਲਓ ਟੋਟਲ 5 ਖੀਰੀਆਂ ਵੱਛੀਆਂ ਨੇ ਮਾਸ਼ਾਅੱਲਾ ਜੀ ਨੰਬਰ 1 ਤੇ ਆ ਗਈ ਹੈ ਪ੍ਰਿੰਟ ਦੋਸਤਾਂ ਵੇਖ ਲੈਣਾ ਮਾਸ਼ਾਅੱਲਾ ਜੀ ਖੂਬਸੂਰਤੀ ਦੋਸਤਾਂ ਚੈੱਕ ਕਰਨੀ ਹੈ ਟੋਰੇ ਭਾਈ ਜਾਨ ਜੱਟ ਸਾਹਿਬ ਕੀ ਨਸਲ ਹੈ ਜੀ ਇਹਦੀ ਜਰਸੀ ਤੇ ਚੁਲਸਤਾਨੀ ਕ੍ਰਾਸ ਵੱਛੀਆਂ ਜਿੰਨੀਆਂ ਨੇ ਥਾਣਾ ਉਹਨਾਂ ਦੇ 4-4 ਹੀ ਨੇ ਕਿਸੇ ਦੇ 3 ਜਾਂ 5 ਤੇ ਨਹੀਂ ਲਓ ਜੀ ਦੋਸਤੋ ਜਰਸੀ ਤੇ ਚੁਲਸਤਾਨੀ ਕ੍ਰਾਸ ਬਰੀਡ ਅੱਛੀ ਹੈ ਪ੍ਰਿੰਟ ਵੀ ਦੋਸਤਾਂ ਵੇਖ ਲੈਣਾ ਖੀਰੀ ਵੱਛੀ ਹੈ ਨੰਬਰ 1 ਤੇ ਆ ਗਈ ਠੀਕ ਹੈ ਭਾਈ ਜਾਨ ਲੈ ਚਲੋ ਗੁਲਿਆਓ ਨੰਬਰ 2 ਵਾਲੀ ਲਓ ਜੀ ਦੋਸਤੋ ਚੈੱਕ ਕਰੋ ਬੰਨੋ ਭਾਈ ਉਧਰ ਹੀ ਬੰਨੋ ਕਿੱਲੇ ਆ ਗੁਲਿਆਓ ਨੰਬਰ 2 ਵਾਲੀ ਲਓ ਜੀ ਦੋਸਤੋ ਚਲਾ ਫਰਾ ਕੇ ਚੈੱਕ ਕਰਾਉਂਦੇ ਹਾਂ ਪਰ ਦੋਸਤਾਂ ਨੂੰ ਤਸੱਲੀ ਹੋਈ ਹੈ ਇਹ ਵੀ ਸਿਹਤਮੰਦ ਉੱਠਾ ਵੀ ਦੋਸਤਾਂ ਵੇਖਣਾ ਮਾਸ਼ਾਅੱਲਾ ਜੀ ਥਾਣ ਵੀ ਕੋਸ਼ਿਸ਼ ਕਰਕੇ ਦੋਸਤਾਂ ਨੂੰ ਚੈੱਕ ਕਰਾ ਦਿੰਦੇ ਹਾਂ ਨੰਬਰ ਆ ਗਈ 1 ਇਹ ਚੈੱਕ ਕਰੋ ਮਾਸ਼ਾਅੱਲਾ ਜੀ ਜੱਟ ਸਾਹਿਬ ਵੱਛੀ ਨੰਬਰ 1 ਦਾ ਰੇਟ ਕੀ ਪੁੱਠੇ ਦਾ ਲਾਣਾ ਰੇਟ 1,00,000 ਰੁਪਈਆ ਭਾਜੀ 1,00,000 ਹਾਂਜੀ ਠੀਕ ਹੈ ਜੀ ਇਹ ਨੰਬਰ 1 ਤੇ ਚੈੱਕ ਕਰਾਈਏ ਕੀਮਤ ਡਿਮਾਂਡ 1,00,000 ਅੱਗੇ ਭਾਈ ਲਿਆਓ ਜੀ ਅੱਗੇ ਆ ਗਈ ਮਾਸ਼ਾਅੱਲਾ ਜੀ ਜਰਸੀ ਇਹ ਚੈੱਕ ਕਰੋ ਜੀ ਇਹਦੇ 'ਚ ਵੀ ਕੋਈ ਹੈ ਕ੍ਰਾਸ ਜੱਟ ਸਾਹਿਬ ਕਿ ਨਹੀਂ ਪਿਓਰ ਜਰਸੀ ਹੈ ਭਾਈ ਪਿਓਰ ਜੋ ਹੋਇਆ ਵੀ ਕੋਈ ਮਾਮੂਲੀ ਜਿਹਾ ਟੱਚ ਹੋਣਾ ਪ੍ਰਿੰਟ ਦੋਸਤਾਂ ਵੇਖ ਲੈਣਾ ਮਾਸ਼ਾਅੱਲਾ ਜੀ ਪਿਆਰੇ ਭਾਈ ਦਾ ਚਿਹਰਾ ਸਾਹਮਣੇ ਕਰਿਓ ਜੀ ਲੋ ਜੀ ਦੋਸਤਾਂ ਚੈੱਕ ਕਰੋ ਮਾਸ਼ਾਅੱਲਾ ਜੀ ਨੰਬਰ ਆ ਗਈ 2 ਤੇ ਠੀਕ ਭਾਈ ਹਲਕਾ ਜਿਹਾ ਚੱਕਰ ਲਵਾ ਕੇ ਲਿਆਵੋ ਖੀਰੀ ਵੱਛੀ ਨੰਬਰ ਆ ਗਈ 2 ਤੇ ਠੀਕ ਭਾਈ ਲਿਆਵੋ ਜੀ ਜਰਸੀ ਪ੍ਰਿੰਟ ਜ਼ਬਰਦਸਤ ਮਾਸ਼ਾਅੱਲਾ ਜੀ ਖੂਬਸੂਰਤੀ ਦੋਸਤਾਂ ਵੇਖ ਲੈਣੀ ਨੰਬਰ ਆ ਗਈ 2 ਤੇ ਜੀ ਜੱਟ ਸਾਹਿਬ ਆਓ ਜ਼ਰਾ ਸਾਹਮਣੇ ਅਤੇ ਵੱਛੀ ਨੰਬਰ 2 ਦਾ ਵੀ ਰੇਟ ਲਾਓ ਜੀ ਲੋ ਦੋਸਤੋ ਤੁਹਾਨੂੰ ਵੀ ਚੈੱਕ ਕਰਨੇ ਨੇ ਮਾਸ਼ਾਅੱਲਾ ਜੀ ਜੱਟ ਸਾਹਿਬ ਭਾਈ ਫਰਾ ਸਾਹਿਬ ਵੱਛੀ 2 ਨੰਬਰ ਦਾ ਰੇਟ 1,00,000 ਰੁਪਈਆ ਇਹਦਾ ਵੀ 1,00,000 ਹੈ ਹਾਂਜੀ ਠੀਕ ਹੈ ਜੀ ਇਹ 5 ਵੱਛੀਆਂ ਨੇ ਨੰਬਰ 2 ਤੇ ਚੈੱਕ ਕਰਾਈਏ ਇਹਦਾ ਵੀ ਜਿਹੜਾ ਰੇਟ ਹੈ ਕੀਮਤ ਡਿਮਾਂਡ 1,00,000 ਮਜ਼ੀਦ ਜਿਹੜਾ ਦੋਸਤ ਰਾਬਤਾ ਕਰੇਦਾ ਕੁਛ ਨਾ ਕੁਛ ਪਿਆਰ ਮੁਹੱਬਤ ਕਮੀ ਪੇਸ਼ੀ ਹੋਈ ਇਹਦੀ ਅੱਗੇ ਆ ਗਈ ਜੀ ਨੰਬਰ 3 ਤੇ ਬਾਈ ਹਲਕਾ ਜਿਹਾ ਟੋਰੋ ਜੀ ਜੱਟ ਸਾਹਿਬ ਕੀ ਨਸਲ ਹੈ ਜੀ ਇਹਦੀ ਬਾਈ ਭੋਲੀ ਛੱਡੋ ਜ਼ਰਾ ਸਲੋ ਟੋਰੋ ਸੀ ਜਰਸੀ ਤੇ ਸਾਹੀਵਾਲ ਕ੍ਰਾਸ ਜਰਸੀ ਤੇ ਸਾਹੀਵਾਲ ਕ੍ਰਾਸ ਹੈ ਕਾਲੇ ਥਣ ਲੱਗੇ ਨੇ ਪ੍ਰਿੰਟ ਵੀ ਦੋਸਤਾਂ ਵੇਖ ਲੈਣਾ ਕ੍ਰਾਸ ਅੱਛਾ ਹੈ ਬਰੀਡ ਅੱਛੀ ਹੈ ਜਰਸੀ ਤੇ ਸਾਹੀਵਾਲ ਕੈਮਰੇ 'ਚ ਮੁਕੰਮਲ ਨਜ਼ਰ ਆ ਰਹੀ ਹੈ ਵੀ ਖੀਰੀ ਮਾਸ਼ਾਅੱਲਾ ਜੀ ਚਿਹਰਾ ਵੀ ਦੋਸਤਾਂ ਵੇਖ ਲੈਣਾ ਕੰਨ ਚੈੱਕ ਕਰਨੇ ਨੇ ਠੀਕ ਹੈ ਭਾਈ ਹਲਕਾ ਜਿਹਾ ਟੋਰੇ ਜਨ
ਕਾਲੇ ਥਾਨੇ ਥਾਣੀ ਦੋਸਤਾਂ ਚੈੱਕ ਕਰਾਉਂਦੇ ਹਾਂ ਮਾਸ਼ਾਅੱਲਾ ਜੀ, ਥਾਨ ਬੜੇ ਪਿਆਰੇ ਨੇ। ਨੰਬਰ 3 ਤੇ ਚੈੱਕ ਕਰਾਉਂਦੇ ਹਾਂ ਅਤੇ ਜਰਸੀ ਅਤੇ ਸਾਹੀਵਾਲ ਕ੍ਰਾਸ ਇਹ ਚੈੱਕ ਕਰੋ ਮਾਸ਼ਾਅੱਲਾ ਜੀ। ਜੀ ਜੱਟ ਸਾਹਿਬ, ਵੱਛੀ ਨੰਬਰ 3 ਦਾ ਰੇਟ? ਵੱਛੀ ਨੰਬਰ ਭਾਜੀ 3 ਦਾ ਵੀ ਰੇਟ 1 ਲੱਖ ਰੁਪਏ ਆ। ਇਹਦਾ ਵੀ 1 ਲੱਖ ਹੈ? ਹਾਂਜੀ। ਇਹ ਸਾਰੀਆਂ ਦਾ ਲੱਖ ਲੱਖ ਹੀ ਹੈ? ਹਾਂਜੀ। ਪੁੱਠਾ ਅਗਰ 5 ਦਾ ਰੇਟ ਫਿਰ ਕੋਈ ਡਾਊਨ ਹੋਏ ਦਾ ਇਹਦੇ ਚ ਕੋਈ ਪਿਆਰ ਮੁਹੱਬਤ ਹੋਈ ਇਹਦੀ? ਕੋਈ ਭਾਈ ਇਕੱਠੀਆਂ 5 ਲੇ ਦਾ ਉਹਨਾਂ ਨਾਲ ਪਿਆਰ ਮੁਹੱਬਤ ਹੋਏ ਦੀ? ਚਲੋ ਉਹ ਤੁਹਾਨੂੰ ਪੁੱਛਨੇ ਆ, 5 ਚੈੱਕ ਕਰਾ ਕੇ ਹੋਰ ਪੁੱਛਨੇ ਆ। ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 4 ਤੇ, ਟੋਰੇ ਭਾਈ ਜਾਨ। ਜੀ ਜੱਟ ਸਾਹਿਬ, ਕੀ ਨਸਲ ਹੈ ਜੀ ਦੀ? ਲੈਤੀ ਤੇ ਜਰਸੀ ਦਾ ਕ੍ਰਾਸ। ਇਹ ਵੀ ਜਰਸੀ ਚ ਕ੍ਰਾਸ ਹੈ ਮਾਸ਼ਾਅੱਲਾ ਜੀ। ਨੰਬਰ 4 ਤੇ ਚੈੱਕ ਕਰਾਉਂਦੇ ਆ, ਫੇਰ ਪ੍ਰਿੰਟ ਦੋਸਤਾਂ ਵੇਖ ਲੈਣਾ, ਸ਼ੀਰੀ ਵੱਛੀ ਹੈ। ਟੋਰੇ ਭਾਈ ਹਲਕਾ ਜਿਹਾ ਚੱਕਰ ਲਵਾ ਕੇ ਲਾਇਓ ਜੀ, ਤੁਹਾਡੇ ਵੀ ਦੋਸਤਾਂ ਚੈੱਕ ਕਰ ਲੈਣੇ। ਠੀਕ ਭਾਈ, ਲੈ ਆਓ। ਕੈਮਰੇ 'ਚ ਮੁਕੰਮਲ ਨਜ਼ਰ ਆ ਰਹੀ ਹੈ, ਪ੍ਰਿੰਟ ਜ਼ਬਰਦਸਤ ਅਤੇ ਸੇਮ ਪ੍ਰਿੰਟ 'ਚ ਵੇ ਜਰਸੀ ਕ੍ਰਾਸ। ਜੀ ਜੱਟ ਸਾਹਿਬ, ਵੱਛੀ ਨੰਬਰ 4 ਦਾ ਰੇਟ? ਭਾਈ ਫਰਾਜ਼ ਸਾਹਿਬ, ਵੱਛੀ ਨੰਬਰ 4 ਦਾ ਰੇਟ 1 ਲੱਖ ਰੁਪਏ ਆ। ਇਹਦਾ ਵੀ 1 ਲੱਖ? ਹਾਂਜੀ। ਠੀਕ ਹੈ ਜੀ, ਨੰਬਰ 4 ਤੇ ਚੈੱਕ ਕਰਾਈਏ, ਥਾਨ 4 ਹੀ ਨੇ ਦੋਸਤਾਂ, ਚੈੱਕ ਵੀ ਕਰ ਲੈਣੇ ਨੇ। ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 5 ਤੇ, ਜਿਹੜੀਆਂ ਪਹਿਲੀਆਂ 4 ਚੈੱਕ ਕਰਾਈਆਂ ਨੇ ਉਹਨਾਂ ਤੋਂ ਦੀ ਹਾਈਟ ਦੋਸਤਾਂ ਵੇਖ ਲੈਣੀ ਹੈ, ਥੋੜ੍ਹੀ ਜ਼ਿਆਦਾ ਹੀ ਲੱਗਦੀ ਹੈ ਵੀ। ਜੀ ਜੱਟ ਸਾਹਿਬ, ਕੀ ਨਸਲ ਹੈ? ਚੋਲਸਤਾਨੀ ਤੇ ਬਲੈਕਨ ਦਾ ਕ੍ਰਾਸ ਵੇ। ਵਲੈਤੀ ਤੇ ਚੋਲਸਤਾਨੀ ਕ੍ਰਾਸ ਹੈ, ਕ੍ਰਾਸ ਦਾ ਵੀ ਅੱਛਾ ਹੈ। ਪ੍ਰਿੰਟ ਦੋਸਤਾਂ ਵੇਖਣਾ ਮਾਸ਼ਾਅੱਲਾ ਜੀ, ਬਾਈ ਹਲਕਾ ਜਿਹਾ ਢੋਲ ਕੇ ਲਿਆਉਣਾ ਜੀ। ਚਲਾ ਫਰਾ ਕੇ ਦੋਸਤਾਂ ਨੂੰ ਤਸੱਲੀ ਕਰਾ ਦਿੱਤੀ, 4 ਥਾਨਾਂ ਦੀ ਗਰੰਟੀ ਹੋਈ ਦੀ ਹੈ ਵੀ, ਖੀਰੀਆਂ ਨੇ ਕਾਲੇ ਥਾਨ ਲੱਗੇ ਨੇ ਮਾਸ਼ਾਅੱਲਾ ਜੀ। ਪ੍ਰਿੰਟ ਵੀ ਦੋਸਤਾਂ ਵੇਖਣਾ। ਠੀਕ ਹੈ ਭਾਈ, ਲੈ ਆਓ ਜੀ, ਆਓ ਜੀ ਜੱਟ ਸਾਹਿਬ, ਵੱਛੀ ਨੰਬਰ 5 ਦਾ ਰੇਟ ਲਾਓ ਜੀ। ਬੰਨੋ ਭਾਈ, ਕੀ ਰੇਟ ਹੈ ਜੀ ਇਹਦਾ? ਭਾਈ ਫਰਾਜ਼ ਸਾਹਿਬ, ਇਹਦਾ ਵੀ ਰੇਟ 1 ਲੱਖ ਰੁਪਏ। 1 ਲੱਖ? ਥਾਨ ਵੀ ਦੋਸਤਾਂ ਚੈੱਕ ਕਰਾਉਣੇ ਨੇ, ਕਾਲੇ ਥਾਨ ਨੇ। ਹੁਣ ਦੱਸੋ, ਅਗਰ ਕੋਈ ਦੋਸਤ ਤੁਹਾਡੇ ਕੋਲ 5 ਵੱਛੀਆਂ ਲੈਂਦਾ ਉਹਦੇ ਵਾਸਤੇ 5 ਦਾ ਵੈਸੇ ਬਣਦਾ 5 ਲੱਖ। ਅਗਰ ਕੋਈ ਦੋਸਤ 5 ਲੇ ਫਿਰ ਕਿੰਨੇ 'ਚ ਉਹਦਾ ਤੁਸੀਂ ਸੌਦਾ ਤੈਅ ਕਰੋ? 4,60,000 ਰੁਪਏ। 4,60,000? ਠੀਕ ਹੈ ਜੀ, ਨਹੀਂ ਕਿ 40,000 ਲੈਸ ਹੋਈ ਇਹਦਾ? ਹਾਂਜੀ ਜੀ, ਬਿਹਤਰ ਹੋ ਗਿਆ ਜੀ। ਅਗਰ ਕੋਈ ਦੋਸਤ 5 ਵੱਛੀਆਂ ਇਕੱਠੀਆਂ ਲੈਂਦਾ ਤੇ ਫਿਰ ਇਹਨਾਂ ਦਾ ਜਿਹੜਾ ਰੇਟ ਹੈ 4,00,000 ਤੇ 60,000। ਬਾਈ ਅੱਗੇ ਲੈ ਕੇ ਆਓ ਜੀ, ਗਾਂ ਨੰਬਰ 1 ਲਿਆਓ ਜੀ। 2 ਗਾਵਾਂ ਵੀ ਨੇ, 5 ਵੱਛੀਆਂ ਹਨ ਮਾਸ਼ਾਅੱਲਾ ਜੀ, ਖੀਰੀਆਂ ਵੱਛੀਆਂ ਨੇ, ਬਰੀਡ ਅੱਛੀ ਹੈ, ਪ੍ਰਿੰਟ ਵੀ ਸੋਹਣੇ ਨੇ। ਸਾਰੀਆਂ ਵੱਛੀਆਂ ਦੀ 1-1 ਕਰਕੇ ਤਸੱਲੀ ਕਰਾ ਦਿੱਤੀ ਹੈ। ਅੱਗੇ ਆ ਗਈ ਹੈ ਜੀ ਇਹ ਗਾਂ ਨੰਬਰ 1। ਜੀ ਜੱਟ ਸਾਹਿਬ, ਸੂਈ ਹੈ ਜੀ ਵੱਛੀ ਭਾਈ ਇਹਦੀ? ਲੈ ਆਵੋ, ਜ਼ਿਆਦਾ ਮੰਗਵਾ ਲਓ ਰਾਮ। ਕਿੰਨਵਾਂ ਸੂਆ ਸੂਈ ਹੈ ਅਤੇ ਕਿਦੋਂ ਦੀ ਸੂਈ ਹੈ? ਭਾਅ ਜੀ ਪਹਿਲੀਆਂ ਸੂਏ ਸੂਈ ਹੈ, ਮੂੰਹ 'ਚ ਹੋਈ ਹੈ ਦੋਂਦੀ ਦੋਂਦੀ। ਭਾਈ ਇਹਦਾ ਜਾ ਲੈ ਕੇ ਆਓ ਜੀ। ਓ ਜੀ, ਪਿੱਛੇ ਸੂਆ ਪਹਿਲਾਂ ਸੂਈ ਹੈ, ਪਿੱਛੇ ਦੇ ਵੱਛੀ ਹੈ, ਆਪੀ ਵੀ ਵੱਛੀ ਹੈ। ਭਾਈ ਹਲਕਾ ਜਿਹਾ ਟੋਰਿਓ ਜੀ, ਇਹ 2 ਦੰਦ ਹੈ, ਕਿਦੋਂ ਦੀ ਸੂਈ ਹੈ ਜੀ? ਭਾਅ ਜੀ 2 ਮਹੀਨੇ ਹੋਏ ਜੀ। 2 ਮਹੀਨੇ ਹੋ ਗਏ ਨੇ? ਹਾਂਜੀ। ਠੀਕ ਹੈ, ਦੁੱਧ ਕਿੰਨਾ ਕਿਹਦੇ ਕੋਲ? ਦੁੱਧ ਭਾਈ ਫਰਾਜ਼ ਸਾਹਿਬ 8 ਕਿਲੋ ਦੀ ਗਰੰਟੀ ਹੋਏ। 8 ਕਿਲੋ ਦੀ ਗਰੰਟੀ ਹੋਏ ਜੀ? ਹਾਂਜੀ। ਲਿਬਾਸ ਵੇਖ ਕੇ ਲੱਗਦਾ ਨਹੀਂ ਪੈਗਾ 8 ਕਿਲੋ ਇਹਦਾ? ਭਾਅ ਜੀ 8 ਕਿਲੋ ਚੋਚ ਵਾਕ ਦਿਆਂ। ਪੱਕੀ ਗਰੰਟੀ ਕਨਫਰਮ? ਹਾਂਜੀ। ਠੀਕ ਹੈ ਜੀ, ਸੂਆ ਪਹਿਲਾਂ ਸੂਈ ਹੈ, ਦੋਂਦੀ ਹੈ, ਪਿੱਛੇ ਦੇ ਵੱਛੀ ਹੈ, ਜਾ ਵੀ ਦੋਸਤਾਂ ਵੇਖ ਲੈਣਾ। ਇਹ ਚੈੱਕ ਕਰ ਲਓ ਮਾਸ਼ਾਅੱਲਾ ਜੀ, ਇਹ ਵੱਛੀ ਐਕਟਿਵ ਹੈ, ਇਹ ਪਹਿਲਨ ਵੈੜ ਹੈ ਦੋਂਦੀ। ਥਾਣ ਵੀ ਦੋਸਤਾਂ ਚੈੱਕ ਕਰਾ ਦਿੰਦੇ ਹਾਂ, 2 ਮਹੀਨੇ ਹੋ ਗਏ ਨੇ। ਠੀਕ ਹੈ ਭਾਈ, ਲੈ ਚਲੋ ਜੀ। ਕੀ ਨਸਲ ਹੈ ਜੱਟ ਸਾਹਿਬ ਦੀ? ਟੋਰੋ ਭਾਈ ਜਾਨ, ਸਾਹੀਵਾਲ ਤੇ ਜਰਸੀ ਦਾ ਕ੍ਰਾਸ ਹੈ ਜੀ। ਇਹ ਵੀ ਸਾਹੀਵਾਲ ਤੇ ਜਰਸੀ ਕ੍ਰਾਸ ਹੈ, ਛੋਟੇ ਲਈਆ ਵਿੱਚ। ਆਓ ਜੀ ਜੱਟ ਸਾਹਿਬ, ਇਹ ਗਾਂ ਨੰਬਰ 1 ਦਾ ਰੇਟ ਲਾਓ ਜੀ। ਓ ਦੋਸਤੋ, ਹਾਈਟ ਵੀ ਵੇਖ ਲੈਣੀ ਹੈ ਪਹਿਲਾਂ ਨੇ ਮਾਸ਼ਾਅੱਲਾ ਜੀ। 8 ਕਿਲੋ ਦੁੱਧ ਦੋਵਾਂ ਟਾਈਮਾਂ ਦਾ ਟੋਟਲ, ਬੱਚੇ ਸਮੇਤ ਸਾਹੀਵਾਲ ਤੇ ਜਰਸੀ ਕ੍ਰਾਸ ਦੇ ਪਿੱਛੇ ਵੀ ਇਹਦੇ ਵੱਛੀ। ਜੀ ਜੱਟ ਸਾਹਿਬ, ਗਾਂ ਨੰਬਰ 1 ਦਾ ਰੇਟ? ਭਾਈ ਸਾਹਿਬ ਗਾਂ ਨੰਬਰ 1 ਦਾ ਰੇਟ 1,85,000 ਰੁਪਏ। 1,85,000 ਵੱਛੀ ਸਮੇਤ ਹੀ? ਹਾਂਜੀ। ਠੀਕ ਹੈ ਜੀ, 1,85 ਪਿੱਛੇ ਦੇ ਵੱਛੀ। ਅੱਗੇ ਭਾਈ ਲਿਆਓ ਜੀ ਨੰਬਰ 2 ਵਾਲੀ।
ਅਭੀ ਸੂਈ ਹੈ ਜੀ ਹਾਂ ਜੀ ਤਾਜ਼ਾ ਸੂਈ ਜਾ ਅੱਗੇ ਕਰ ਲਿਓ ਭਾਈ ਜਾ ਅੱਗੇ ਕਰ ਲਿਓ ਚੁੱਕ ਲਓ ਹੁਣ ਛੋਟੇ ਨੂੰ ਬੁਲਾਓ ਛੋਟੇ ਆ ਜਾ ਫੜ ਜ਼ਰਾ ਜਾ ਅੱਗੇ ਲੈ ਆ ਕੀ ਜਾ ਪਿੱਛੇ ਦੇ ਬੱਚੀ ਭਾਈ ਪਿੱਛੇ ਦੇ ਬੱਚੀ ਮਾਸ਼ਾਅੱਲਾ ਜੀ ਜਿਹੜੀ ਚੀਜ਼ ਪਿੱਛੇ ਦੋਸਤਾਂ ਚੈੱਕ ਕਰਨੀ ਕਾਲੇ ਥਣ ਲੱਗੇ ਨਾ ਵੀ ਪਾ ਲੈਣੇ ਜੀ ਹਾਂ ਜੀ ਕਿਦੋਂ ਦੀ ਸੂਈ ਹੈ ਇਹ ਸੂਈ ਨੂੰ ਭਾ ਜੀ ਅੱਜ 6ਵਾਂ ਦਿਨ ਜੀ 6ਵਾਂ ਦਿਨ ਨੇ ਸੁਬਾ ਪਹਿਲਾ ਨੰਬਰ ਆ ਗਈ ਹੈ ਦੋ ਤੇ ਮਾਸ਼ਾਅੱਲਾ ਜੀ ਪਹਿਲਨ ਵੈੜ ਹਾਈਟ ਵੀ ਦੋਸਤਾਂ ਵੇਖ ਲੈਣੀ ਹੈ ਤੇ ਮੁਨੀ ਤਕਰੀਬਨ ਐਵੇਂ ਥੋੜੀਆਂ ਜਿਹੀਆਂ ਸਿੰਗੀਆਂ ਬਾਹਰ ਨਜ਼ਰ ਆਉਂਦੀਆਂ ਨੇ ਪੀਆਂ ਕਿੰਨੇ ਦੰਦ ਦੇ ਜੱਟ ਸਾਹਿਬ ਹੈ ਇਹ 24 ਜੀ 4 ਦੰਦ ਦੇ ਮਾਸ਼ਾਅੱਲਾ ਜੀ ਕਿੰਨਾ ਕੁ ਦੁੱਧ ਹੈ ਤੇ ਕੋਲ ਇਹਦੇ ਕੋਲ ਭਾਈ ਫਰਾਜ਼ ਸਾਹਿਬ ਦੁੱਧ 15 ਕਿਲੋ ਦੋਵਾਂ ਟਾਈਮਾਂ ਦਾ ਟੋਟਲ ਗਰੰਟੀ ਨੇ 14 ਕਿਲੋ ਦੇ ਬੱਚੇ ਸਮੇਤ ਠੀਕ ਹੈ ਪਿੱਛੇ ਦੇ ਬੱਚੀ ਹੈ ਨਾੜੂਆ ਦੋਸਤਾਂ ਵੇਖ ਲੈਣਾ ਵੈੜ ਨੰਬਰ 2 ਵੇ ਤੇ ਜਿਹੜੀ ਚੀਜ਼ ਪਿੱਛੇ ਵੀ ਦੋਸਤਾਂ ਵੀ ਚੈੱਕ ਕਰਨੀ ਹੈ ਛੋਟੇ ਦਾ ਚਿਹਰਾ ਸਾਹਮਣੇ ਕਰੋ ਜੀ ਓਏ ਦੋਸਤੋ ਵੱਛੀ ਦਾ ਚਿਹਰਾ ਵੇਖ ਲੈਣਾ ਮਾਸ਼ਾਅੱਲਾ ਜੀ ਪਿਓਰ ਜਰਸੀ ਹੈ ਭਾਈ ਫਰਾਜ਼ ਚੋਗੀ ਹੈ ਸੁਆ ਪਹਿਲਾ ਸੂਈ ਹੈ ਦਿਨ ਕੋ 6 ਕੋ ਗਏ ਨੇ ਅਗਲੀ ਸਾਈਡ ਦੇ ਛੋਟੇ ਕਾਲੇ ਥਣ ਲੱਗੇ ਨੇ ਥਣ ਦੋਸਤਾਂ ਫਿਰ ਚੈੱਕ ਕਰਾ ਦਿੰਨੇ ਆ ਮਾਸ਼ਾਅੱਲਾ ਜੀ ਕੀ ਨਸਲ ਹੈ ਜੱਟ ਸਾਹਿਬ ਦੀ ਤੋਰੋ ਭਾਈ ਜਾਨ ਜੀ ਵਲੈਤਨ ਤੇ ਜਰਸੀ ਕ੍ਰਾਸ ਜਰਸੀ ਤੇ ਵਲੈਤੀ ਕ੍ਰਾਸ ਪੁੱਠਾ ਵੀ ਦੋਸਤਾਂ ਚੈੱਕ ਕਰਨਾ ਮਾਸ਼ਾਅੱਲਾ ਜੀ ਨੰਬਰ ਆ ਗਈ ਹੈ 2 ਤੇ ਪਹਿਲਨ ਵੈੜ ਜਰਸੀ ਤੇ ਵਲੈਤੀ ਕ੍ਰਾਸ ਆਓ ਜੀ ਭਾਈ ਅਹਿਮਦ ਸਾਹਿਬ ਵੈੜ ਨੰਬਰ 2 ਦਾ ਰੇਟ ਭਾਈ ਫਰਾਜ਼ ਸਾਹਿਬ ਵੈੜ ਨੰਬਰ 2 ਦਾ ਰੇਟ 2,95,000 ਰੁਪਈਆ 2,95,000 ਹਾਂਜੀ ਭਾਈ ਜੀ 4 ਦੰਦ ਦੇ ਜਰਸੀ ਕ੍ਰਾਸ ਹੈ ਪਿੱਛੇ ਦੇ ਬੱਚੀ ਹੈ ਮਾਸ਼ਾਅੱਲਾ ਜੀ ਜਾ ਵੀ ਦੋਸਤਾਂ ਵੇਖ ਲੈਣਾ ਪਹਿਲਨ ਚੋਗੀ ਹੈ ਕੀਮਤ 2,95,000 ਅੱਗੇ ਭਾਈ ਲਿਆਓ ਜੀ ਮਾਝੂਰਾ ਹੀ ਲਿਆਓ ਟੋਟਲ ਇਹ 8 ਜਾਨਵਰ ਨੇ 5 ਵੱਛੀਆਂ ਨੇ 2 ਗਾਵਾਂ ਤੇ 1 ਮੱਝ ਮੱਝ ਦੀ ਕੀ ਤਫਸੀਲ ਹੈ ਜੀ ਭਾਈ ਸਾਹਿਬ ਮੱਝ ਭਾਈ ਫਰਾਜ਼ ਸਾਹਿਬ 2 ਮਹੀਨਿਆਂ ਦੀ ਸੂਈ ਜੇ ਅੱਛਾ ਜਾ ਕੇ ਚਲੇ ਜਾ ਮਰ ਗਿਆ ਚੁਆਈ ਹੁਣ ਕਿੰਜ ਕਰਦੇ ਹੋ ਬੇ ਭਾੜੇ ਤੇ ਦੋਵੇਂ ਟਾਈਮ ਹਾਂਜੀ ਭਾਈ ਇੱਧਰ ਹੀ ਲਵਾ ਲਓ ਚੱਕਰ ਛਾਵੇਂ ਮੁੱਠ ਚੋਖੜ ਸੁੱਡੀ ਦਾ ਭਾਈ ਫਰਾਜ਼ ਸਾਹਿਬ ਥੱਲੇ ਉਹ ਪਸੰਦ ਪੈਂਦੀ ਸੁਬਾ ਕਿੰਨਵਾਂ ਸੂਈ ਹੈ ਭਾਜੀ ਦੂਜਾ ਸੁਬਾ ਦੂਸਰਾ ਸੂਈ ਹੈ 2 ਕੁ ਮਹੀਨੇ ਹੋ ਗਏ ਨੇ ਚੁਆਈਏ ਦੀ ਦੋਵੇਂ ਟਾਈਮ ਪਾੜੇ ਤੇ ਕਿੰਨਾ ਕੁ ਦੁੱਧ ਚੁੰਦੇ ਹੋ ਬੇ ਭਾਈ ਫਰਾਜ਼ ਸਾਹਿਬ 9 ਕਿਲੋ ਦੁੱਧ ਤੇ 8 ਕਿਲੋ ਦੀ ਗਾਰੰਟੀ ਦਿਆਂ ਠੀਕ ਹੈ ਨਹੀਂ ਕਿ ਹੁਣ ਚੋਣੇ ਚੋਣਾ ਜਾਤ ਮਗਰ ਹੈ ਨਹੀਂ ਪੁੱਠਾ ਵੀ ਦੋਸਤਾਂ ਵੇਖ ਲੈਣਾ ਭਾਈ ਇਹਦਾ ਚਿਹਰਾ ਵੀ ਸਾਹਮਣੇ ਕਰੋ ਜੀ ਇੱਕ ਸਿੰਘ ਦੀ ਖੋਮਟੀ ਵੀ ਲੱਥੀ ਹੈ ਭਾਈ ਚਿਹਰਾ ਦਾ ਸਾਹਮਣੇ ਕਰਨਾ ਜੀ ਕੰਨਾਂ ਨੂੰ ਨਿਸ਼ਾਨੀ ਆਪ ਹੀ ਲਾਈ ਹੈ ਹਾਂਜੀ ਕੀ ਪਿਛਲਿਆਂ ਲਾਈ ਹੈ ਨਹੀਂ ਆਪ ਹੀ ਲਾਈ ਜੀ ਅੱਛਾ ਹਾਂਜੀ ਇਹਦੀ ਕੀ ਵਜ੍ਹਾ ਹੈ ਇਹਦੀ ਬੜੀਆਂ ਭਾਜ ਵਜ੍ਹਾ ਚਲੋ ਬਾਅਦ ਚੋਂ ਦੱਸਿਓ ਮੈਨੂੰ ਵੀਡੀਓ ਤੋਂ ਬਾਅਦ ਚੋਂ ਦੱਸਿਓ ਹੁਣ ਭਾਈ ਲਓ ਜ਼ਰਾ ਸ਼ੋਕਰ ਆ ਲਈਏ ਇੱਕ ਹੀ ਵਜ੍ਹਾ ਮਾਸ਼ਾਅੱਲਾ ਜੀ ਵੱਡੀ ਜਿਸਮ ਤੇ ਦੁੱਧ 9 ਕਿਲੋ ਵੇ 8 ਕਿਲੋ ਦੁੱਧ ਦੀ ਗਰੰਟੀ ਹੋਏ ਦੀ 2 ਕੁ ਮਹੀਨੇ ਹੋ ਗਏ ਨੇ ਚੁਆਈ ਦੋਵੇਂ ਟਾਈਮ ਦੀ ਪਹਾੜੇ ਤੇ ਚਿਹਰਾ ਵੀ ਦੋਸਤਾਂ ਵੇਖ ਲੈਣਾ ਜੀ ਦੋਵਾਂ ਅੱਖਾਂ ਦੀ ਰੰਗਤ ਵੀ ਸੇਮ ਹੈ ਥਾਣ ਵੀ ਚੈੱਕ ਕਰਨੇ ਨੇ ਆਓ ਜੀ ਜੱਟ ਸਾਹਿਬ ਕੀ ਰੇਟ ਹੈ ਜੀ ਮੱਝ ਦਾ ਭਾਈ ਹਲ ਕਹੇ ਚੱਕਰ ਲਵਾਇਆ ਹੋ ਜ਼ਰਾ ਪੁੱਠਾ ਵੀ ਦੋਸਤਾਂ ਚੈੱਕ ਕਰਾ ਦਿੰਦੇ ਹਾਂ ਮਾਸ਼ਾਅੱਲਾ ਜੀ ਹੋਰ ਜੱਟ ਸਾਹਿਬ ਕੋਈ ਹੋਬੀ ਹੈ ਦੀ ਹੋਰ ਕੋਈ ਖੂਬੀ ਨਹੀਂ ਕੋਈ ਨਹੀਂ ਆ ਹੋ ਕੀ ਕੀਮਤ ਇਹਦੀ ਇਹਦੀ ਭਾਈ ਫਰਾਜ਼ ਸਾਹਿਬ 2,70,000 ਰੁਪਈਆ 2,70 ਹਾਂਜੀ ਕੋਈ ਥੋੜਾ ਪਿਆਰ ਕਰ ਲਓ 2,65,000 ਰੁਪਈਆ ਜੀ 2,65 ਹਾਂਜੀ ਆ ਜਿਹੜਾ ਰੇਟ ਲਾਏ ਜੀ ਇਹ ਫਾਈਨਲ ਨਹੀਂ ਕੋਈ ਪਿਆਰ ਮੁਹੱਬਤ ਕਮੀ ਪੇਸ਼ੀ ਕਰ ਭਾ ਜੀ ਪਿਆਰ ਮੁਹੱਬਤ ਕਰ ਲਾਂ ਤੇ ਕਰ ਲਓ ਵੇ ਥੋੜਾ ਜਿਹਾ ਠੀਕ ਹੈ ਜੀ ਇਹ ਇੱਕ ਹੀ ਮੱਝ ਕੀਮਤ 2,65,000 8 ਕਿਲੋ ਦੁੱਧ ਦੀ ਗਾਰੰਟੀ ਹੈ ਸੁਬਾ ਦੂਸਰਾ ਸੂਈ ਹੈ ਤੇ 2 ਕੁ ਮਹੀਨੇ ਹੋ ਗਏ ਨੇ ਥਣ ਦੋਸਤਾਂ ਵੇਖ ਲੈਣੇ ਨੇ ਠੀਕ ਭਾਈ ਲੈ ਚਲੋ ਜੱਟ ਸਾਹਿਬ ਮਜ਼ੀਦ ਕੋ ਦੋਸਤਾਂ ਵਾਸਤੇ ਪੈਗਾਮ ਦੋਸਤਾਂ ਵਾਸਤੇ ਭਾਅ ਜੀ ਇਹੋ ਹੀ ਪੈਗਾਮ ਕੰਮ ਹੱਛਾ ਕਰੋ ਨੀਅਤ ਨਾਲ ਕਰੋ ਕੰਮ ਸਾਫ਼ ਸੁਥਰਾ ਕਰੋ ਜਿਹੜਾ ਕੋਈ ਭਾਈ ਆਏ ਦੁੱਧ ਪੂਰਾ ਦੱਸੋ ਕੋਈ ਆਏ ਇੱਥੇ ਆ ਕੇ ਆਪਣਾ ਦੁੱਧ ਪੂਰਾ ਕਰਕੇ ਲੈ ਜਾਈਏ ਮਾਲ ਡੰਗਰ ਠੀਕ ਹੈ ਜੱਟ ਸਾਹਿਬ ਬਹੁਤ ਸ਼ੁਕਰੀਆ ਜੀ ਇਜਾਜ਼ਤ ਚਾਹੁੰਦੇ ਹਾਂ ਅੱਲਾ ਹਾਫਿਜ਼